ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ 'ਤੇ ਫੰਗਸ ਅਤੇ ਸੁੰਡੀ ਇਹਦਾ ਜਿਹੜਾ ਅਟੈਕ ਹੋ ਸਕਦਾ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਅਤੇ ਜਾਂ ਮੈਂ ਇਹ ਕਹਾਂ ਕਿ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਵਿੱਚ ਅਸੀਂ ਆਪਣੇ ਖੇਤਾਂ ਦੇ ਵਿੱਚ ਕੀ ਕਰਦੇ ਹਾਂ ਉਹ ਮੈਂ ਇੱਥੇ ਸਾਂਝਾ ਕਰਨ ਜਾ ਰਿਹਾ। ਅਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦੇਵਾਂ ਕਿ ਪਹਿਲਾਂ ਜਿਹੜਾ ਆਪਣਾ ਵਟਸਐਪ ਗਰੁੱਪਾਂ ਦੇ ਜਿਹੜੇ ਲਿੰਕ ਸੀਗੇ ਅਤੇ ਫੇਸਬੁੱਕ ਗਰੁੱਪ ਦਾ ਲਿੰਕ ਸੀ ਉਹ ਆਪਣੇ ਵੀਡੀਓ ਦੇ ਹਰ ਇੱਕ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਸੀਗਾ ਅਤੇ ਹੁਣ ਮੈਂ ਜਿਹੜੇ ਵਟਸਐਪ ਗਰੁੱਪ ਵਾਲੇ ਲਿੰਕ ਸੀਗੇ ਉਹ ਉਹਨਾਂ ਦਾ ਜਿਹੜਾ ਲਿੰਕ ਸੀਗਾ ਰੀਸੈਟ ਕਰਤਾ ਅਤੇ ਉਹ ਲਿੰਕ ਤੋਂ ਜੁਆਇਨ ਨਹੀਂ ਹੋਣਗੇ ਹੋਣਗੇ ਗਰੁੱਪ ਵਟਸਐਪ ਵਾਲੇ ਆਪਣੇ। ਅਤੇ ਉਹਦਾ ਕਾਰਨ ਸੀਗਾ ਕਿ ਕੁਛ ਕੁ ਬੰਦੇ ਆਉਂਦੇ ਸੀਗੇ ਅਤੇ ਸਪੈਮਿੰਗ ਕਰਕੇ ਆਪਣੇ ਗਰੁੱਪਾਂ ਦੇ ਵਿੱਚੋਂ ਚਲੇ ਜਾਂਦੇ ਸੀਗੇ। ਸਪੈਮਿੰਗ ਇਨ ਦਾ ਸੈਂਸ ਮਤਲਬ ਕਿ ਐਵੇਂ ਊੜ ਜਰੂੜ ਦੀਆਂ ਲਿੰਕ ਜਿਹੜੇ ਹੈਗੇ ਆ ਉਹ ਦੋ ਚਾਰ ਸ਼ੇਅਰ ਕਰਦੇ ਸੀ ਅਤੇ ਗਰੁੱਪ ਲੈਫਟ ਕਰ ਜਾਂਦੇ ਸੀ। ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਆਪਣੇ ਲਿੰਕ ਜਿਹੜੇ ਹੈਗੇ ਆ ਉਹ ਡਿਸਕੰਟੀਨਿਊ ਕੀਤੇ ਨੇ। ਅਤੇ ਜੇ ਕਿਸੇ ਮੇਰੇ ਵੀਰ ਨੇ ਵਟਸਐਪ ਗਰੁੱਪ ਜਿਹੜਾ ਹੈਗਾ ਆਪਣਾ ਜੁਆਇਨ ਕਰਨਾ ਹੈ ਤਾਂ ਇਹ ਨੰਬਰ ਦਿੱਤਾ ਹੋਇਆ ਸਕਰੀਨ 'ਤੇ, ਇਹਦੇ 'ਤੇ ਮੈਨੂੰ ਵਟਸਐਪ 'ਤੇ ਮੈਸੇਜ ਕਰ ਦਿਉ ਆਪਣਾ ਨਾਮ ਅਤੇ ਪਿੰਡ ਦਾ ਨਾਮ ਲਿਖ ਕੇ ਅਤੇ ਮੈਂ ਗਰੁੱਪ ਦੇ ਵਿੱਚ ਐਡ ਕਰ ਦਊਂਗਾ। ਅਤੇ ਜੇ ਹੁਣ ਆਪਾਂ ਦੇਖੋ ਗੱਲ ਕਰੀਏ ਕਿ ਜਿਹੜੀ ਇਹ ਫੰਗਸ ਹੈਗੀ ਹੈ ਜਾਂ ਸੁੰਡੀ ਹੈਗੀ ਹੈ ਇਹਦਾ ਆਪਣੇ ਖੇਤਾਂ ਦੇ ਵਿੱਚ ਜਿਹੜਾ ਅਟੈਕ ਹੁੰਦਾ ਤਾਂ ਇਹਦੇ ਕੀ ਕਾਰਨ ਹੁੰਦੇ ਨੇ ਅਤੇ ਇਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਅਤੇ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਵਰਤਣੀਆਂ ਚਾਹੀਦੀਆਂ, ਇਹ ਸਾਰਾ ਕੁਛ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਇਸ ਕਰਕੇ ਵੀਡੀਓ ਜਿਹੜੀ ਹੈਗੀ ਹੈ ਲੰਮੀ ਹੋ ਸਕਦੀ ਹੈ ਅਤੇ ਵੀਡੀਓ ਦੇ ਵਿੱਚ ਆਪਾਂ ਇਹ ਵੀ ਦੱਸਾਂਗੇ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਕਿਹੜੇ ਪ੍ਰੋਡਕਟ ਵਰਤਦੇ ਹਾਂ ਅਤੇ ਕਿੰਨੇ ਵਰਤਦੇ ਹਾਂ। ਅਤੇ ਪਰ ਇਹਨਾਂ ਨੂੰ ਕੋਈ ਮੇਰੀ ਰਿਕਮੈਂਡੇਸ਼ਨ ਨਾ ਸਮਝਿਓ ਕਿ ਮੈਂ ਕੋਈ ਰਿਕਮੈਂਡ ਕਰ ਰਿਹਾ ਕਿ ਇਹੀ ਪ੍ਰੋਡਕਟ ਤੁਸੀਂ ਵੀ ਵਰਤਣੇ ਨੇ, ਮੈਂ ਸਿਰਫ ਆਪਣੇ ਇੱਥੇ ਤਜਰਬਾ ਜਿਹੜਾ ਹੈਗਾ ਉਹ ਸਾਂਝਾ ਕਰਨ ਲੱਗਿਆ। ਅਤੇ ਜੇ ਦੇਖੋ ਆਪਾਂ ਦੇਖੀਏ ਕਿ ਜਿਹੜੀ ਫੰਗਸ ਹੈਗੀ ਹੈ ਅਤੇ ਜਾਂ ਸੁੰਡੀ ਹੈਗੀ ਹੈ ਤਾਂ ਇਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਪ੍ਰੀਵੈਂਟਿਵ ਤੌਰ 'ਤੇ ਐਡਵਾਂਸ ਦੇ ਵਿੱਚ ਸਪਰੇਅ ਕਰਨੇ ਚਾਹੀਦੇ ਨੇ ਅਤੇ ਜਾਂ ਜਦੋਂ ਆਪਾਂ ਨੂੰ ਇਹ ਲੱਗੇ ਕਿ ਆਪਣੇ ਖੇਤ ਦੇ ਵਿੱਚ ਅਟੈਕ ਹੋ ਗਿਆ ਤਾਂ ਅਟੈਕ ਹੋਣ ਤੋਂ ਬਾਅਦ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ। ਤਾਂ ਇਹ ਇੱਕ ਚਰਚਾ ਦਾ ਵਿਸ਼ਾ ਹੈਗਾ ਅਤੇ ਹਰੇਕ ਬੰਦੇ ਦੇ ਜਿਹੜੇ ਵਿਚਾਰ ਨੇ ਇਹਦੇ ਵਿੱਚ ਆਪਣੇ ਅਲੱਗ ਅਲੱਗ ਹੈਗੇ ਹੈ। ਅਤੇ ਕਿਉਂਕਿ ਕੁਛ ਕੁ ਬੰਦੇ ਕਹਿੰਦੇ ਕਿ ਜੇ ਬਿਮਾਰੀ ਹੈ ਨਹੀਂ ਤਾਂ ਆਪਾਂ ਜਿਹੜਾ ਸਪਰੇਅ ਕਰਾਂਗੇ ਅਤੇ ਉਸ ਤੋਂ ਬਾਅਦ ਜੇ ਬਿਮਾਰੀ ਨਾ ਹੀ ਆਈ ਤਾਂ ਆਪਣੇ ਜਿਹੜੇ ਪੈਸੇ ਨੇ ਉਹ ਵੇਸਟ 'ਚ ਜਾਣਗੇ। ਅਤੇ ਇਹਨੂੰ ਜੇ ਆਪਾਂ ਇਸ ਤਰ੍ਹਾਂ ਇੱਕ ਸੋਚ ਕੇ ਦੇਖੀਏ ਕਿ ਜਿਹੜੇ ਆਪਾਂ ਦੇਖੋ ਇੰਸ਼ੋਰੈਂਸ ਵੀ ਕਰਾਉਂਦੇ ਹਾਂ, ਆਪਣੇ ਵਹੀਕਲਸ ਦੀ ਵੀ ਕਰਾਉਂਦੇ ਹਾਂ ਆਪਾਂ, ਹੈਲਥ ਇੰਸ਼ੋਰੈਂਸ ਵੀ ਲੈਂਦਾ ਬੰਦਾ, ਅਤੇ ਬਾਕੀ ਜਿਹੜੇ ਕੋਈ ਬਿਜ਼ਨਸ ਹੁੰਦੇ ਨੇ ਬਿਜ਼ਨਸ ਨੂੰ ਵੀ ਕੋਈ ਬੰਦੇ ਇੰਸ਼ੋਰ ਕਰਕੇ ਰੱਖਦੇ ਨੇ। ਤਾਂ ਉਹਨਾਂ ਦਾ ਮਕਸਦ ਕੀ ਹੁੰਦਾ? ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਕੱਲ੍ਹ ਨੂੰ ਕੋਈ ਅਗਰ ਅਚਨਚੇਤ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਸਾਡਾ ਜਿਹੜਾ ਨੁਕਸਾਨ ਹੈ ਉਹਤੋਂ ਬਚਿਆ ਜਾ ਸਕੇ। ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਜੇ ਕੱਲ੍ਹ ਨੂੰ ਕੋਈ ਮਿਸਹੈਪਨਿੰਗ ਨਹੀਂ ਹੁੰਦੀ ਮੰਨ ਲਓ ਅਤੇ ਆਪਾਂ ਜਿਹੜੇ ਪ੍ਰੀਮੀਅਮ ਪੇ ਕੀਤੇ ਨੇ ਉੱਥੇ ਕੀ ਆਪਾਂ ਨੂੰ ਉਹ ਵਾਪਸ ਮਿਲ ਜਾਂਦੇ ਨੇ? ਤਾਂ ਬਿਲਕੁਲ ਵੀ ਆਪਾਂ ਨੂੰ ਕੋਈ ਵਾਪਸ ਨਹੀਂ ਮਿਲਦੇ। ਉਹ ਆਪਾਂ ਨੇ ਆਪਣਾ ਜਿਹੜਾ ਰਿਸਕ ਹੈਗਾ ਰਿਸਕ ਨੂੰ ਕਵਰ ਕਰਨ ਵਾਸਤੇ ਆਪਾਂ ਨੇ ਕੁਛ ਪ੍ਰੀਮੀਅਮ ਪੇ ਕੀਤਾ ਸੀਗਾ ਅਤੇ ਆਪਣਾ ਠੀਕ ਠਾਕ ਰਿਹਾ ਕੰਮ, ਕੋਈ ਦਿੱਕਤ ਨਹੀਂ ਆਈ ਅਤੇ ਜਿਹੜਾ ਆਪਾਂ ਪ੍ਰੀਮੀਅਮ ਪੇ ਕੀਤਾ ਸੀ ਉਹ ਆਪਣਾ ਚਲਾ ਗਿਆ। ਅਤੇ ਇਸੇ ਤਰ੍ਹਾਂ ਆਪਣਾ ਜਿਹੜਾ ਖੇਤਾਂ ਦੇ ਵਿੱਚ ਆਪਾਂ ਕੋਈ ਪ੍ਰੀਵੈਂਟਿਵ ਤੌਰ 'ਤੇ ਜਿਹੜੇ ਸਪਰੇ ਕਰਦੇ ਹਾਂ ਉਹਨਾਂ ਨੂੰ ਇਹੀ ਮੰਨ ਕੇ ਚੱਲੋ ਕਿ ਜੇ ਆਪਣੇ ਖੇਤਾਂ ਦੇ ਵਿੱਚ ਕੱਲ੍ਹ ਨੂੰ ਅਟੈਕ ਹੁੰਦਾ ਤਾਂ ਆਪਾਂ ਉਸ ਅਟੈਕ ਤੋਂ ਬਚ ਸਕਦੇ ਹਾਂ। ਅਤੇ ਜੇ ਕੋਈ ਕਹੇ ਕਿ ਪ੍ਰੀਵੈਂਟਿਵ ਸਪਰੇਅ ਕਰਕੇ ਜੀ ਕੋਈ ਵੈਸੇ ਝਾੜ ਦੇ ਵਿੱਚ ਦੇਖੋ ਸਿੱਧਾ ਫਰਕ ਪਊਗਾ ਤਾਂ ਬਿਲਕੁਲ ਇਹ ਗੱਲ ਠੀਕ ਹੈ ਕਿ ਕੋਈ ਫਰਕ ਨਹੀਂ ਪਊਗਾ, ਝਾੜ ਦੇ ਵਿੱਚ ਸਿੱਧੇ ਤੌਰ 'ਤੇ ਕੋਈ ਫਰਕ ਨਹੀਂ ਪਊਗੇ। ਪਰ ਜੇ ਕੱਲ੍ਹ ਨੂੰ ਆਪਣੇ ਖੇਤ ਦੇ ਵਿੱਚ ਅਟੈਕ ਹੁੰਦਾ ਤਾਂ ਉੱਥੇ ਜਿਹੜਾ ਆਪਣਾ ਲੋਸ ਹੋ ਸਕਦਾ ਉਸ ਲੋਸ ਨੂੰ ਤਾਂ ਆਪਾਂ ਕਵਰ ਕਰ ਹੀ ਸਕਦੇ ਹਾਂ, ਆਪਾਂ ਬਚਾ ਹੀ ਸਕਦੇ ਹਾਂ। ਕਹਿਣ ਦਾ ਮਤਲਬ ਹੈ ਕਿ ਇਨਡਾਇਰੈਕਟਲੀ ਤਾਂ ਆਪਣਾ ਜਿਹੜਾ ਝਾੜ ਹੈਗਾ ਉਹ ਆਪਾਂ ਨੂੰ ਵੱਧ ਮਿਲਦਾ ਹੀ ਹੈ।
ਅਤੇ ਹੁਣ ਬਿਮਾਰੀ ਪਊਗੀ ਜਾਂ ਨਹੀਂ ਪਊਗੀ ਇਹਦੇ ਵਿੱਚ ਤਾਂ ਆਪਾਂ ਕੋਈ ਵੀ ਬੰਦਾ ਇੱਦਾਂ ਨਹੀਂ ਕਹਿ ਸਕਦਾ ਕਿ ਮੈਂ ਦੱਸ ਸਕਦਾ ਤੁਹਾਨੂੰ। ਇਹ ਤਾਂ ਆਪਾਂ ਨੇ ਆਪਣਾ ਇੱਕ ਰਿਸਕ ਕਵਰ ਕਰਕੇ ਚੱਲਣ ਵਾਲੀ ਗੱਲ ਹੈ। ਅਤੇ ਇਹਦੇ ਵਿੱਚ ਦੇਖੋ ਅੱਗੇ ਜਿਹੜੀ ਚੀਜ਼ ਹੈਗੀ ਕਿ ਕਿਹੜੇ ਆਪਾਂ ਨੂੰ ਸਪਰੇਅ ਕਰਨੇ ਚਾਹੀਦੇ ਨੇ, ਅਤੇ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਕਿਹੜੇ ਖੇਤਾਂ ਦੇ ਵਿੱਚ ਇਹ ਜ਼ਿਆਦਾ ਅਟੈਕ ਕਰ ਸਕਦੀ ਹੈ, ਤਾਂ ਕੁਛ ਕੁ ਤਾਂ ਦੇਖੋ ਵਰਾਇਟੀਆਂ ਵੀ ਹੈਗੀਆਂ ਨੇ ਜਿਨ੍ਹਾਂ 'ਤੇ ਕੋਈ ਬਿਮਾਰੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਅਟੈਕ ਕਰਦੀ ਹੈ, ਅਤੇ ਕੁਛ ਕੁ ਵਰਾਇਟੀਆਂ 'ਤੇ ਘੱਟ ਅਟੈਕ ਕਰਦੀ ਹੈ, ਉਹ ਤਾਂ ਇੱਕ ਅਲੱਗ ਚੀਜ਼ ਆ ਗਈ। ਅਤੇ ਵੈਸੇ ਜਿਹੜੇ ਜੇ ਮੰਨ ਲਓ ਆਪਣੇ ਖੇਤ ਦੇ ਵਿੱਚ ਆਪਣੇ ਦੇ ਵਿੱਚ ਝੋਨਾ ਸੰਘਣਾ ਲਾਇਆ ਹੋਇਆ ਹੈ ਤਾਂ ਵੀ ਆਪਣੇ ਖੇਤ ਦੇ ਵਿੱਚ ਅਟੈਕ ਜ਼ਿਆਦਾ ਹੋਊਗਾ, ਅਤੇ ਜੇ ਅੱਜ ਆਪਾਂ ਨੇ ਲੋੜ ਤੋਂ ਜ਼ਿਆਦਾ ਖੁਰਾਕ ਪਾਈ ਹੋਈ ਹੈ ਤਾਂ ਵੀ ਆਪਣੇ ਖੇਤ ਦੇ ਵਿੱਚ ਜ਼ਿਆਦਾ ਅਟੈਕ ਹੋਊਗਾ। ਅਤੇ ਜੇ ਆਪਾਂ ਨੇ ਦੇਖੋ ਦਾਣੇਦਾਰ ਜ਼ਹਿਰਾਂ ਵਰਤੀਆਂ ਨੇ ਤਾਂ ਉਹ ਵੀ ਆਪਣੇ ਖੇਤਾਂ ਦੇ ਵਿੱਚ ਇੱਦਾਂ ਦਾ ਮਾਹੌਲ ਪੈਦਾ ਕਰਦੀਆਂ ਨੇ ਕਿ ਸ਼ੀਥ ਬਲਾਈਟ ਜਿਹੜੀ ਹੈਗੀ ਹੈ ਜ਼ਿਆਦਾ ਅਟੈਕ ਕਰੂ ਜਾਂ ਹੋਰ ਫੰਗਸਾਂ ਜ਼ਿਆਦਾ ਅਟੈਕ ਕਰਨਗੀਆਂ, ਅਤੇ ਜਦੋਂ ਫੰਗਸਾਂ ਅਟੈਕ ਕਰਨਗੀਆਂ ਤਾਂ ਆਟੋਮੈਟਿਕਲੀ ਧੇਲਾ ਵੀ ਜ਼ਿਆਦਾ ਅਟੈਕ ਕਰੂਗਾ। ਤਾਂ ਇਹ ਤਾਂ ਚੀਜ਼ਾਂ ਸੀਗੀਆਂ ਜਿਹੜੀਆਂ ਹੁਣ ਨਿਕਲ ਚੁੱਕਿਆ ਟਾਈਮ ਹੈ, ਅਗਲੇ ਸਾਲਾਂ ਤੋਂ ਆਪਾਂ ਇਹਨਾਂ 'ਤੇ ਵਿਚਾਰ ਕਰ ਸਕਾਂਗੇ। ਪਰ ਆਪਾਂ ਇਸ ਵਾਰ ਇਹ ਦੇਖ ਸਕਦੇ ਹਾਂ ਕਿ ਇਹਨਾਂ ਦੇ ਵਿੱਚੋਂ ਅਗਰ ਆਪਣੇ ਖੇਤਾਂ ਦੇ ਵਿੱਚ ਕੋਈ ਇੱਦਾਂ ਦੇ ਹਾਲਾਤ ਹੈਗੇ ਹੈ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿ ਦੇਖੋ ਜਿਹੜੀ ਫੰਗਸ ਹੈਗੀ ਹੈ, ਜਿਹੜੇ ਬੰਦੇ ਕਹਿੰਦੇ ਆ ਕਿ ਬਾਅਦ ਦੇ ਵਿੱਚ ਜਦੋਂ ਅਟੈਕ ਆਊਗਾ ਉਦੋਂ ਕੰਟਰੋਲ ਕਰਨਾ ਚਾਹੀਦਾ ਹੈ, ਤਾਂ ਜਿਹੜਾ ਸਾਡਾ ਤਜਰਬਾ ਰਿਹਾ ਅੱਜ ਤੱਕ ਦਾ, ਤਾਂ ਫੰਗਸ ਇੱਕ ਇੱਦਾਂ ਦੀ ਚੀਜ਼ ਹੈ ਜਦੋਂ ਆਪਣੇ ਖੇਤ ਦੇ ਵਿੱਚ ਆ ਜਾਂਦੀ ਹੈ, ਪਹਿਲੀ ਗੱਲ ਤਾਂ ਸਾਨੂੰ ਪਤਾ ਬਹੁਤ ਲੇਟ ਲੱਗਦਾ, ਕਾਫੀ ਨੁਕਸਾਨ ਉਦੋਂ ਤੱਕ ਕਰ ਚੁੱਕੀ ਹੁੰਦੀ ਹੈ ਫੰਗਸ ਜਦੋਂ ਤੱਕ ਪਤਾ ਲੱਗਦਾ, ਅਤੇ ਉਹਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿ ਕਈ ਵਾਰ ਦੋ ਦੋ ਸਪਰੇ ਤਿੰਨ ਤਿੰਨ ਸਪਰੇ ਵੀ ਕਿਸਾਨ ਵੀਰ ਕਰ ਦਿੰਦੇ ਨੇ ਪਰ ਫੰਗਸ ਕੰਟਰੋਲ ਨਹੀਂ ਹੁੰਦੀ ਹੈਗੀ। ਅਤੇ ਜਿਹੜੀ ਸੁੰਡੀ ਹੈਗੀ ਹੈ, ਜੇ ਸੁੰਡੀ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਜਿਹੜੀ ਪੱਤਾ ਲਪੇਟ ਸੁੰਡੀ ਹੈ, ਪੱਤਾ ਲਪੇਟ ਸੁੰਡੀ ਅਗਰ ਅਟੈਕ ਕਰਦੀ ਹੈ ਖੇਤ ਦੇ ਵਿੱਚ ਤਾਂ ਉਹਦਾ ਪਤਾ ਵੀ ਜਲਦੀ ਲੱਗ ਜਾਂਦਾ ਆਪਾਂ ਨੂੰ, ਕਿਉਂਕਿ ਪੱਤਿਆਂ ਦੇ ਉੱਪਰ ਹੁੰਦੀ ਹੈ ਸੁੰਡੀ, ਪੱਤੇ ਫੋਲਡ ਕਰਦੀ ਹੈ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸੁੰਡੀ ਨੇ ਅਟੈਕ ਕਰਤਾ, ਅਤੇ ਉਹਦਾ ਨੁਕਸਾਨ ਵੀ ਘੱਟ ਹੈ। ਪੱਤਾ ਲਪੇਟ ਸੁੰਡੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਕਰ ਸਕਦੀ, ਅਤੇ ਜੇ ਬਹੁਤ ਜ਼ਿਆਦਾ ਅਟੈਕ ਹੋ ਜਾਵੇ ਤਾਂ ਜ਼ਰੂਰ ਨੁਕਸਾਨ ਕਰ ਸਕਦੀ ਹੈ, ਕਿਉਂਕਿ ਜੇ ਆਪਣੇ ਪੱਤਿਆਂ ਦੇ ਵਿੱਚੋਂ ਹਰਾ ਮਾਦਾ ਸਾਰਾ ਦਾ ਸਾਰਾ ਸੁੰਡੀ ਖਾ ਜੂਗੀ ਜ਼ਿਆਦਾਤਰ ਹਿੱਸਾ ਉਹਨਾਂ ਦਾ, ਤਾਂ ਫਿਰ ਪੱਤੇ ਜਿਹੜੇ ਹੈਗੇ ਆ ਉਹ ਖੁਰਾਕ ਬਣਾਉਣ ਦੇ ਕਾਬਲ ਨਹੀਂ ਰਹਿਣਗੇ ਪ੍ਰੋਪਰ ਤਰੀਕੇ ਨਾਲ। ਅਤੇ ਜਿਹੜੀ ਦੇਖੋ ਗੋਭ ਦੀ ਸੁੰਡੀ ਹੈ, ਗੋਭ ਦੀ ਸੁੰਡੀ ਦੇ ਅਟੈਕ ਨੂੰ ਬਹੁਤੇ ਕਿਸਾਨ ਜਲਦੀ ਨਹੀਂ ਪਹਿਚਾਣ ਪਾਉਂਦੇ, ਕਿਉਂਕਿ ਪਹਿਲੀ ਗੱਲ ਤਾਂ ਜਦੋਂ ਸੁੰਡੀ ਨੇ ਗੋਭ ਦਾ ਕਨੈਕਸ਼ਨ ਕੱਟਿਆ ਤਾਂ ਦੋ ਤਿੰਨ ਦਿਨ ਤਾਂ ਉਹਨੂੰ ਘੁਮਲਾਉਣ ਨੂੰ ਹੀ ਲੱਗ ਜਾਂਦੇ ਨੇ। ਕੁਛ ਕੁ ਬੰਦੇ ਇਸ ਸਟੇਜ 'ਤੇ ਦੇਖ ਲੈਂਦੇ ਨੇ ਕਿ ਆਪਣੇ ਖੇਤ ਦੇ ਵਿੱਚ ਅਟੈਕ ਹੋ ਗਿਆ, ਪਰ ਜ਼ਿਆਦਾਤਰ ਜਿਹੜੇ ਬੰਦੇ ਹੈਗੇ ਆ ਉਹ ਜਦੋਂ ਗੋਭਾਂ ਪੂਰੀ ਤਰ੍ਹਾਂ ਸੁੱਕ ਜਾਂਦੀਆਂ ਨੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਖੇਤ ਦੇ ਵਿੱਚ ਸੁੰਡੀ ਨੇ ਅਟੈਕ ਕਰਤਾ, ਅਤੇ ਜਦੋਂ ਤੱਕ ਸਾਨੂੰ ਪਤਾ ਲੱਗਦਾ ਉਦੋਂ ਤੱਕ ਸੁੰਡੀ ਕਾਫੀ ਨੁਕਸਾਨ ਜਿਹੜਾ ਹੈਗਾ ਸਾਡਾ ਕਰ ਚੁੱਕੀ ਹੁੰਦੀ ਹੈ। ਅਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹਨਾਂ ਨੂੰ ਆਪਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਵੀ ਜਦੋਂ ਫੈਸਲਾ ਕਰਨਾ ਉਦੋਂ ਉਹ ਕਰਨਾ ਹੈ। ਅਤੇ ਬਾਕੀ ਨਾ ਮੇਰੇ ਕਹੇ 'ਤੇ ਤੁਸੀਂ ਕੋਈ ਐਡਵਾਂਸ ਸਪਰੇਹਾਂ ਕਰੋ, ਅਤੇ ਨਾ ਦੂਜਿਆਂ ਦੇ ਕਹੇ 'ਤੇ ਤੁਸੀਂ ਇਹ ਵੇਟ ਕਰੋ ਕਿ ਜਦੋਂ ਸੁੰਡੀ ਆਊਗੀ ਉਦੋਂ ਸਪਰੇਅ ਕਰਾਂਗੇ, ਜਦੋਂ ਤੇਲਾ ਆਊਗਾ ਉਦੋਂ ਸਪਰੇਅ ਕਰਾਂਗੇ, ਜਦੋਂ ਫੰਗਸ ਆਊਗੀ ਉਦੋਂ ਸਪਰੇਅ ਕਰਾਂਗੇ। ਤਾਂ ਤੁਸੀਂ ਕੀ ਕਰ ਸਕਦੇ ਹੋ, ਆਪਣੇ ਖੇਤਾਂ ਦੇ ਵਿੱਚ ਆਪ ਤਜਰਬੇ ਕਰਕੇ ਦੇਖੋ, ਅੱਧੇ ਖੇਤਾਂ ਨੂੰ ਆਪਣੇ ਨੂੰ ਤੁਸੀਂ ਐਡਵਾਂਸ ਤੌਰ 'ਤੇ ਸਪਰੇਅ ਕਰੋ ਫੰਗਸ ਵਾਲਾ ਅਤੇ ਸੁੰਡੀ ਵਾਲਾ ਤੇਲੇ ਵਾਲਾ, ਅਤੇ ਅੱਧੇ ਖੇਤਾਂ ਦੇ ਵਿੱਚ ਤੁਸੀਂ ਜਦੋਂ ਬਿਮਾਰੀ ਆਊਗੀ ਉਹਦਾ ਵੇਟ ਕਰਕੇ ਸਪਰੇਅ ਕਰੋ। ਤਾਂ ਜਿਹੜੇ ਸਾਲ ਤਾਂ ਦੇਖੋ ਇਹ ਬਿਮਾਰੀਆਂ ਅਟੈਕ ਨਹੀਂ ਕਰਨਗੀਆਂ ਤਾਂ ਨੈਚੁਰਲੀ ਗੱਲ ਹੈ ਆਪਾਂ ਨੂੰ ਲੱਗੂਗਾ ਕਿ ਠੀਕ ਹੈ ਜੀ ਆਪਾਂ ਜਦੋਂ ਬਿਮਾਰੀ ਆਊਗੀ ਉਦੋਂ ਹੀ ਸਪਰੇਅ ਕਰਾਂਗੇ। ਪਰ ਜਿਹੜੇ ਸਾਲ ਅਟੈਕ ਜਦੋਂ ਹੋਊਗਾ ਉਸ ਟਾਈਮ 'ਤੇ ਆਪਾਂ ਨੇ ਇਹ ਤਜਰਬਾ ਕਰਨਾ ਜਾਂ ਇਹਦਾ ਆਪਾਂ ਨੇ ਕੰਪੈਰੀਜ਼ਨ ਕਰਨਾ ਹੈ ਕਿ ਜੇ ਅਸੀਂ ਪਹਿਲਾਂ ਸਪਰੇਅ ਕਰਦੇ ਹਾਂ ਉਹਦੇ ਨਾਲ ਸਾਡਾ ਜ਼ਿਆਦਾ ਨੁਕਸਾਨ ਹੁੰਦਾ, ਜਾਂ ਜਦੋਂ ਬਿਮਾਰੀ ਆ ਜਾਂਦੀ ਹੈ ਉਦੋਂ ਅਸੀਂ ਕੰਟਰੋਲ ਕਰਦੇ ਹਾਂ ਉਦੋਂ ਜ਼ਿਆਦਾ ਸਾਡਾ ਨੁਕਸਾਨ ਹੁੰਦਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਜਿੰਨੀ ਦੇਰ ਆਪਾਂ ਆਪਣੇ ਖੇਤਾਂ ਦੇ ਵਿੱਚ ਇਹਨਾਂ 'ਤੇ ਨਜ਼ਰ ਨਹੀਂ ਰੱਖਾਂਗੇ, ਇਹਨਾਂ ਦਾ ਰਿਕਾਰਡ ਨਹੀਂ ਰੱਖਾਂਗੇ, ਤਾਂ ਸਾਨੂੰ ਨਹੀਂ ਪਤਾ ਲੱਗੂਗਾ ਕਿ ਅਸੀਂ ਪਹਿਲਾਂ ਸਪਰੇਅ ਕਰੀਏ ਜਾਂ ਬਾਅਦ 'ਚ ਕਰੀਏ। ਫਿਰ ਅਸੀਂ ਜਿੱਥੋਂ ਕਿਤੋਂ ਸੁਣ ਲਿਆ, ਜੇ ਕੋਈ ਕਹਿੰਦਾ ਪਹਿਲਾਂ ਕਰ ਦਿਉ ਤਾਂ ਪਹਿਲਾਂ ਕਰ ਦਾਂਗੇ, ਜੇ ਕੋਈ ਕਹੂਗਾ ਬਾਅਦ 'ਚ ਕਰੋ ਤਾਂ ਅਸੀਂ ਬਾਅਦ ਦੇ ਵਿੱਚ ਕਰਾਂਗੇ। ਤਾਂ ਇਹ ਸਾਡਾ ਖੁਦ ਦਾ ਡਿਸੀਜਨ ਹੋਣਾ ਚਾਹੀਦਾ ਕਿ ਅਸੀਂ ਪਹਿਲਾਂ ਸਪਰੇਅ ਕਰਨਾ ਜਾਂ ਬਾਅਦ ਦੇ ਵਿੱਚ ਸਪਰੇਅ ਕਰਨਾ। ਕਿਸੇ ਦੇ ਕਹੇ ਕਹਾਏ ਬਿਲਕੁਲ ਵੀ ਨਾ ਕਰੋ, ਮੇਰੇ ਕਹੇ ਕਹਾਏ ਵੀ ਨਾ ਕਰੋ, ਹੋਰ ਕਿਸੇ ਦੇ ਕਹੇ ਕਹਾਏ ਵੀ ਨਾ ਕਰੋ। ਇਹੀ ਆਪਣਾ ਜਿਹੜਾ ਇੱਕ ਸਫਲਤਾ ਦਾ ਰਸਤਾ ਹੈਗਾ ਕਿ ਆਪਾਂ ਖੁਦ ਆਪਣੇ ਤਜਰਬੇ ਕਰੀਏ ਹਰ ਇੱਕ ਪੱਖ ਤੋਂ। ਅਤੇ ਜੇ ਹੁਣ ਆਪਾਂ ਦੇਖੋ ਗੱਲ ਕਰੀਏ ਕਿ ਜਿਹੜੀ ਸੁੰਡੀ ਗੋਭ ਦੀ ਹੈਗੀ ਹੈ, ਤਾਂ ਗੋਭ ਦੀ ਸੁੰਡੀ ਇੱਦਾਂ ਦੀ ਕੋਈ ਵੀ ਦਵਾਈ ਨਹੀਂ ਆਈ ਅੱਜ ਤੱਕ ਵੀ ਜਿਹੜੀ ਅੱਜ ਆਪਾਂ ਨੂੰ ਪਤਾ ਲੱਗਿਆ ਵੀ ਅਟੈਕ ਕਰਤਾ
कल नूं आपां स्प्रे करती ते उस तों अगले दिन सुंडी मर जूगी, जां आपां कोई दाणेदार चारा पाइया ने भी वह अज पाइया ते कल नूं सुंडी नूं मार देणगियां। इदां दी कोई भी अजे तक टैक्निकल मार्केट दे विच नहीं आए कि वह नाल दी नाल गोभ की सुंडी का खात्मा कर सकन। उहदा कारण यह है कि गोभ की सुंडी जिहड़ी हैगी है परतां दे विच बैठी हुई है, उत्थे तक दवाई का असर जाण नूं टाइम लगेगा ते वह भी जिहड़ियां सिस्टमैटिक दवाइया ने उही काम करनगियां। इहदे विच उन्हां दा काम करन दा तरीका होगा कि आपां स्प्रे करांगे जां आपां कोई छट्टा मारांगे। वैसे तो देखो मैं कदे भी नहीं कहता कि आपां दाणेदार जिहड़ियां जहरां ने उन्हां नूं अपने खेतों के पाइए, पर कुछ क बंदे फिर भी होंदे कि भी साडा तां जी दाणेदार जहर तों बिना सरदा ही नहीं, उन्हां दी साइकोलॉजी इदां दी बनी हुई है कि दाणेदार जहरां तां जरूरी ने, तां उह उन्हां दा ही अपनी जिहड़ी इच्छा हैगी है ਉਹ ਪੂਰੀ ਕਰ ਸਕਦੇ ਨੇ ਆਪਣੀ ਦਾਣੇਦਾਰ ਜ਼ਹਿਰ ਪਾ ਕੇ, ਅਤੇ ਜਿਹੜੇ ਵੀਰਾਂ ਨੂੰ ਲੱਗਦਾ ਕਿ ਆਪਾਂ ਨੂੰ ਨਹੀਂ ਪਾਉਣੇ ਚਾਹੀਦੇ ਆ ਤਾਂ ਉਹ ਇਕੱਲਿਆਂ ਸਪਰੇਆਂ 'ਤੇ ਆਪਣਾ ਫੋਕਸ ਹੈ ਜਿਹੜਾ ਉਹ ਰੱਖ ਸਕਦੇ ਨੇ। ਅਤੇ ਜਦੋਂ ਵੀ ਆਪਾਂ ਚਾਹੇ ਦਾਣੇਦਾਰ ਪਾਈਏ ਚਾਹੇ ਆਪਾਂ ਸਪਰੇ ਕਰੀਏ ਤਾਂ ਸੁੰਡੀ ਜਦੋਂ ਤੱਕ ਉਹਨੂੰ ਆਪਣਾ ਖਾਊਗੀ ਨਹੀਂ ਜ਼ਹਿਰ ਨੂੰ, ਅਤੇ ਖਾਊਗੀ ਕਿਵੇਂ ਜਦੋਂ ਬੂਟੇ ਦੇ ਵਿੱਚ ਰਚ ਗਿਆ ਜ਼ਹਿਰ, ਉਦੋਂ ਜਾ ਕੇ ਕਿਤੇ ਸੁੰਡੀ ਮਰੂਗੀ। ਤਾਂ ਇਹ ਜਿਹੜਾ ਆਪਣੇ ਮਨ ਦੇ ਵਿੱਚ ਕੋਈ ਭੁਲੇਖਾ ਹੈ ਕਿ ਜਦੋਂ ਸੁੰਡੀ ਆਊਗੀ ਤਾਂ ਅਸੀਂ ਨਾਲ ਦੀ ਨਾਲ ਸਪਰੇ ਕਰਾਂਗੇ ਜੀ ਅਤੇ ਸੁੰਡੀ ਨੂੰ ਨਾਲ ਦੀ ਨਾਲ ਖਤਮ ਕਰ ਦਾਂਗੇ, ਤਾਂ ਇਹ ਮਨ ਦੇ ਵਿੱਚੋਂ ਆਪਾਂ ਨੂੰ ਕੱਢ ਦੇਣਾ ਚਾਹੀਦਾ। ਜੇ ਹਾਂ ਰਿਸਕ ਲੈਣਾ ਤਾਂ ਰਿਸਕ ਲੈ ਲਓ, ਠੀਕ ਹੈ। ਜੇ ਜ਼ਿਆਦਾ ਨੁਕਸਾਨ ਆਪਾਂ ਨੂੰ ਲੱਗਦਾ ਕਿ ਨਹੀਂ ਕਰਦੀ ਸੁੰਡੀ ਤਾਂ ਸਪਰੇ ਹੀ ਨਾ ਕਰੋ, ਉਹਦੇ ਨਾਲੋਂ ਚੰਗੀ ਗੱਲ ਹੈ ਫਿਰ ਕਿ ਸਪਰੇ ਹੀ ਨਾ ਕਰੋ, ਕਿਉਂਕਿ ਜਦੋਂ ਤੱਕ ਸਪਰੇ ਲਿਆ ਕੇ ਕਰਾਂਗੇ ਉਹਨੇ ਅਸਰ ਕਰਨਾ, ਉਦੋਂ ਤੱਕ ਸੁੰਡੀ ਆਪਦਾ ਕੰਮ ਜਿਹੜਾ ਹੈਗਾ ਉਹਨੇ ਕਰਨਾ, ਉਹ ਕਰ ਜੂਗੀ। ਅਤੇ ਇਸੇ ਤਰ੍ਹਾਂ ਫੰਗਸ ਦੇ ਨਾਲ ਹੈ, ਫੰਗਸ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਜਦੋਂ ਤੱਕ ਆਪਾਂ ਨੂੰ ਪਤਾ ਲੱਗੂਗਾ ਉਹਨੂੰ ਅੱਗੇ ਕੰਟਰੋਲ ਕਰਾਂਗੇ ਉਦੋਂ ਤੱਕ ਉਹ ਫੰਗਸ ਹੈ ਜਿਹੜੀ ਆਪਣਾ ਨੁਕਸਾਨ ਕਰ ਚੁੱਕੀ ਹੁੰਦੀ ਹੈ। ਅਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਕੁਛ ਕੁ ਬੰਦੇ ਇਹ ਸੋਚ ਸਕਦੇ ਨੇ ਵੀ ਕਿ ਸੁੰਡੀ ਦੇ ਸਪਰੇ ਜਿਹੜੇ ਕਦੋਂ ਕਰਨੇ ਚਾਹੀਦੇ ਆਪਾਂ ਨੂੰ, ਤਾਂ ਸੁੰਡੀ ਦੇ ਸਪਰੇ ਦਾ ਜਿਹੜਾ ਟਾਈਮ ਹੈ ਉਹ ਆਪਾਂ ਜੇ ਦਿਨਾਂ ਦੇ ਹਿਸਾਬ ਦੇ ਨਾਲ ਸੋਚਾਂਗੇ ਕਿ ਇੰਨੇ ਦਿਨ ਦਾ ਝੋਨਾ ਹੋ ਗਿਆ ਜੀ ਸਪਰੇ ਕਰ ਦਈਏ, ਤਾਂ ਉਹ ਕੋਈ ਬਹੁਤਾ ਕਾਰਗਰ ਤਰੀਕਾ ਨਹੀਂ ਹੈਗਾ। ਕਿਉਂਕਿ ਜਦੋਂ ਸੁੰਡੀ ਨੇ ਅਟੈਕ ਕਰਨਾ ਹੈ ਉਹਨੇ ਸਾਰੀਆਂ ਵਰਾਇਟੀਆਂ ਨੂੰ ਅਟੈਕ ਕਰਨਾ, ਚਾਹੇ ਉਹ ਗੇਤੀਆਂ ਲੱਗੀਆਂ ਹੋਣ ਚਾਹੇ ਉਹ ਪਛੇਤੀਆਂ ਲੱਗੀਆਂ ਹੋਣ, ਠੀਕ ਹੈ। ਜਿਹੜੀ ਗੇਤੀ ਲੱਗੀ ਹੋਈ ਹੈ ਠੀਕ ਹੈ, ਉਹ ਝੋਨਾ ਉਹਨਾਂ ਨੂੰ ਹੋ ਸਕਦਾ 50 ਜਾਂ 55 ਜਾਂ 60 ਦਿਨ ਦਾ ਹੋ ਸਕਦਾ ਹੈ ਉਹ ਹੋ ਗਿਆ ਹੋਵੇ, ਅਤੇ ਜਿਹੜਾ ਪਛੇਤਾ ਝੋਨਾ ਲਾਇਆ ਹੋਊਗਾ ਉਹ ਹੋ ਸਕਦਾ ਕਿ 40-45 ਦਿਨ ਦਾ ਹੀ ਉਦੋਂ ਤੱਕ ਹੋਵੇ। ਅਤੇ ਸੁੰਡੀ ਨੇ ਇਹ ਨਹੀਂ ਦੇਖਣਾ ਹੈਗਾ ਕਿ ਝੋਨਾ ਪਹਿਲਾਂ ਲੱਗਿਆ ਹੋਇਆ ਕਿ ਮੈਂ ਪਹਿਲਾਂ ਇਹਦੇ 'ਤੇ ਅਟੈਕ ਕਰਨਾ, ਉਸ ਤੋਂ ਬਾਅਦ ਦੂਜੇ 'ਤੇ ਕਰਨਾ, ਤਾਂ ਸੁੰਡੀ ਨੇ ਹਰ ਇੱਕ ਵਰਾਇਟੀ 'ਤੇ ਅਟੈਕ ਕਰ ਦੇਣਾ ਜਦੋਂ ਉਹਨੇ ਅਟੈਕ ਕਰਨਾ। ਇਸ ਕਰਕੇ ਦਿਨਾਂ ਦੇ ਚੱਕਰ ਦੇ ਵਿੱਚ ਨਾ ਪਈਏ, ਆਪਾਂ ਆਪਣੇ ਖੇਤਾਂ ਦੇ ਵਿੱਚ ਇਹ ਚੀਜ਼ ਦੇਖਦੇ ਰਹੀਏ ਕਿ ਜਿਹੜਾ ਇੱਕ ਭੁਮੱਕੜ ਜਿਹਾ ਉੱਡਦਾ ਹੁੰਦਾ ਚਿੱਟੀ ਜਿਹੀ ਤਿੱਤਲੀ, ਜੇ ਆਪਣੇ ਖੇਤਾਂ ਦੇ 'ਚ ਆਪਾਂ ਨੂੰ ਕਾਫੀ ਮਾਤਰਾ 'ਚ ਉਹ ਦਿਖਾਈ ਦੇ ਰਹੀ ਹੈ, ਤਾਂ ਇਹਦਾ ਮਤਲਬ ਹੈ ਕਿ ਆਉਣ ਵਾਲੇ 8-10 ਦਿਨਾਂ ਦੇ ਵਿੱਚ ਆਪਣੇ ਖੇਤ ਦੇ ਵਿੱਚ ਸੁੰਡੀ ਹੈ ਜਿਹੜੀ ਉਹ ਅਟੈਕ ਕਰ ਸਕਦੀ ਹੈ। ਤਾਂ ਜਿਹਨੇ ਪ੍ਰੀਵੈਂਟਿਵ ਸਪਰੇ ਕਰਨਾ ਉਹ 8-10 ਦਿਨਾਂ ਦੇ ਵਿੱਚ ਕਰ ਸਕਦਾ ਹੈ, ਜਿਹਨਾਂ ਨੇ ਨਹੀਂ ਕਰਨਾ ਤਾਂ ਉਹ ਆਪਣੇ ਖੇਤਾਂ ਦੇ ਵਿੱਚ ਧਿਆਨ ਰੱਖਣ ਕਿ ਜੇ ਉਹਨਾਂ ਨੂੰ ਲੱਗੂਗਾ ਕਿ ਅਟੈਕ ਕੀਤਾ ਸੁੰਡੀ ਨੇ ਤਾਂ ਨਾਲ ਦੀ ਨਾਲ ਸਪਰੇ ਕਰ ਸਕਦੇ ਨੇ, ਜਿਵੇਂ ਵੀ ਉਹਨਾਂ ਦੀ ਸਟ੍ਰੈਟਜੀ ਹੋਊਗੀ ਆਪਣੇ ਕੰਮ ਕਰ ਸਕਦੇ ਨੇ। ਅਤੇ ਜਿਹੜੇ ਸਾਡਾ ਤਰੀਕਾ ਹੈਗਾ ਅਸੀਂ ਹਮੇਸ਼ਾ ਹੀ ਐਡਵਾਂਸ ਦੇ ਵਿੱਚ ਹੀ ਸਪਰੇ ਕਰਦੇ ਹਾਂ, ਸੁੰਡੀ ਵਾਲਾ ਵੀ ਤੇਲੇ ਵਾਲਾ ਵੀ ਅਤੇ ਫੰਗਸ ਵਾਲਾ ਵੀ, ਅਤੇ ਰਿਜ਼ਲਟ ਸਾਨੂੰ ਪੂਰੇ ਮਿਲਦੇ ਨੇ ਜੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਪਰੇ ਵੀ ਕਰਤਾ ਅਤੇ ਜੇ ਮੰਨ ਲਓ ਇਹਨਾਂ ਚੀਜ਼ਾਂ ਦਾ ਅਟੈਕ ਹੋ ਗਿਆ ਤਾਂ ਸਾਡੇ ਖੇਤ ਦੇ ਵਿੱਚ ਦੁਬਾਰਾ ਅਟੈਕ ਹੋ ਗਿਆ, ਤਾਂ ਇਹ ਬਿਮਾਰੀ ਤੋਂ ਬਿਲਕੁਲ ਬਚਾਉਂਦੀਆਂ ਨੇ। ਪਰ ਇੱਥੇ ਫਰਕ ਇਹ ਪੈ ਜਾਂਦਾ ਅੱਗੇ ਜਾ ਕੇ ਕਿ ਅਸੀਂ ਟੈਕਨੀਕਲ ਜਿਹੜਾ ਹੈਗਾ ਉਹ ਕਿਹੜਾ ਯੂਜ਼ ਕਰ ਰਹੇ ਹਾਂ, ਚਾਹੇ ਫੰਗਸ ਹੈ ਚਾਹੇ ਸੁੰਡੀ ਹੈ ਚਾਹੇ ਤੇਲੇ ਵਾਲੀ ਹੈ, ਉਹਦੇ 'ਤੇ ਬਹੁਤ ਜ਼ਿਆਦਾ ਡਿਪੈਂਡ ਹੈ। ਕੁਛ ਕੁ ਟੈਕਨੀਕਲ ਇੱਦਾਂ ਦੇ ਨੇ ਜਿਨ੍ਹਾਂ ਦੀ ਆਪਾਂ ਅੱਗੇ ਗੱਲ ਕਰਾਂਗੇ ਕਿ ਉਹ 8-10 ਦਿਨ ਦੀ ਪ੍ਰੋਟੈਕਸ਼ਨ ਹੁੰਦੇ ਨੇ ਆਪਾਂ ਨੂੰ ਆਪਣੇ ਖੇਤਾਂ ਦੇ ਵਿੱਚ। ਕੁਛ ਪ੍ਰੋਡਕਟ ਇੱਦਾਂ ਦੇ ਨੇ 25-25-30-30 ਦਿਨ ਤੱਕ ਦਾ ਜਿਹੜੀ ਪ੍ਰੋਟੈਕਸ਼ਨ ਆਪਾਂ ਨੂੰ ਹਰ ਇੱਕ ਚੀਜ਼ ਤੋਂ ਉਹ ਦੇ ਦਿੰਦੇ ਨੇ, ਤਾਂ ਇਹ ਆਪਾਂ ਨੇ ਖੁਦ ਡਿਸਾਈਡ ਕਰਨਾ ਕਿ ਕਿੰਨੇ ਕੁ ਦਿਨਾਂ ਦੀ ਪ੍ਰੋਟੈਕਸ਼ਨ ਵਾਲਾ ਜਿਹੜਾ ਆਪਣਾ ਪ੍ਰੋਡਕਟ ਕੋਈ ਹੈਗਾ ਉਹ ਆਪਣੇ ਖੇਤਾਂ ਦੇ ਵਿੱਚ ਵਰਤਣਾ ਹੈਗਾ। ਜੇ ਮੈਂ ਅਸੀਂ ਆਪਣੇ ਖੇਤਾਂ ਦੇ ਹਿਸਾਬ ਦੇ ਨਾਲ ਮੈਂ ਗੱਲ ਕਰਾਂ ਕਿ ਅਸੀਂ ਸੁੰਡੀ ਵਾਲਾ ਦੇਖੋ ਇੱਕੋ ਹੀ ਸਪਰੇ ਕਰਦੇ ਹਾਂ, 2 ਜਾਂ 3 ਸਪਰੇ ਸੁੰਡੀ ਦੇ ਨਹੀਂ ਕਰਦੇ ਕਦੇ ਵੀ, ਇੱਕੋ ਹੀ ਸੁੰਡੀ ਵਾਲਾ ਸਪਰੇ ਕਰਦੇ ਹਾਂ। ਅਤੇ ਫੰਗਸ ਵਾਲੇ ਜਿਹੜੇ ਸਪਰੇ ਹੈਗੇ ਆ ਉਹ ਅਸੀਂ ਨੇ 2 ਤਾਂ ਪੱਕੇ ਹੀ ਕਰਨੇ ਹੁੰਦੇ ਨੇ, 3 ਵੀ ਕਰ ਦਿੰਦੇ ਹਾਂ, ਕਿਉਂਕਿ ਸਾਡਾ ਜਿਹੜਾ ਦੇਖੋ ਹੈਗਾ ਇਹ ਕੰਮ ਹੈਗਾ ਸੀਡ ਦਾ, ਤਾਂ ਕਰਕੇ ਅਸੀਂ ਫੰਗਸ ਤੋਂ ਜਿਹੜੀ ਜ਼ਿਆਦਾ ਸੁਰੱਖਿਆ ਕਰਨੀ ਹੁੰਦੀ ਹੈ ਆਪਣੇ ਸੀਡ ਦੀ, ਇਸ ਕਰਕੇ ਫੰਗਸ ਵਾਲੇ ਸਪਰੇ ਅਸੀਂ ਕਰਦੇ ਵੀ ਟੋਪ ਦੇ ਜਿਹੜੇ ਟੈਕਨੀਕਲ ਨੇ ਉਹੀਆਂ ਆਪਾਂ ਅੱਗੇ ਗੱਲ ਕਰ ਲੈਂਦੇ ਹਾਂ, ਕਿਹੜੇ ਟੈਕਨੀਕਲ ਜ਼ਿਆਦਾ ਟਾਈਮ ਅਸਰ ਰੱਖਦੇ ਨੇ ਕਿਹੜੇ ਘੱਟ ਟਾਈਮ ਅਸਰ ਰੱਖਦੇ ਨੇ, ਅਤੇ ਬਾਕੀ ਆਪਾਂ ਸਹੀ ਟਾਈਮ 'ਤੇ ਵੀ ਕਰ ਦਿੰਦੇ ਹਾਂ। ਅਤੇ ਜੇ ਹੁਣ ਦੇਖੋ ਆਪਾਂ ਗੱਲ ਕਰੀਏ ਕਿ
ਜਿਹੜੇ ਆਪਣੇ ਫੰਗੀਸਾਈਡ ਹੈਗੇ ਹੈ ਤਾਂ ਉਹ ਕਿਹੜੇ ਕਿਹੜੇ ਵਧੀਆ ਲੱਗਦੇ ਨੇ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂ ਇਹ ਵਧੀਆ ਨੇ, ਇਹ ਕਰ ਸਕਦੇ ਹੋ? ਬਾਕੀ ਤੁਹਾਡਾ ਆਪਣਾ ਤਜਰਬਾ ਹੋਊਗਾ, ਜਿਹੜੇ ਤੁਸੀਂ ਪਹਿਲਾਂ ਕਰਦੇ ਹੋ ਅਗਰ ਤੁਹਾਨੂੰ ਵਧੀਆ ਲੱਗ ਰਹੇ ਨੇ ਤਾਂ ਤੁਸੀਂ ਉਹੀ ਵੀ ਕਰ ਸਕਦੇ ਹੋ। ਅਤੇ ਇੱਥੇ ਮੈਂ ਇੱਕ ਇੱਕ ਬ੍ਰੈਂਡ ਦਾ ਨਾਮ ਵੀ ਨਾਲ ਲੈ ਦੂੰਗਾ ਟੈਕਨੀਕਲ ਦੇ ਨਾਲ ਨਾਲ। ਉਹਦਾ ਕਾਰਨ ਇਹੀ ਹੈ ਕਿ ਜਦੋਂ ਆਪਾਂ ਨੇ ਪਹਿਲਾਂ ਦਾਣੇਦਾਰ ਜ਼ਹਿਰਾਂ ਵਾਲੀ ਵੀਡੀਓ ਬਣਾਈ ਸੀ, ਉਹਦੇ 'ਚ ਇਕੱਲੇ ਟੈਕਨੀਕਲਾਂ 'ਤੇ ਗੱਲ ਕੀਤੀ ਸੀ, ਤਾਂ ਬਹੁਤੇ ਕਿਸਾਨ ਵੀਰਾਂ ਨੂੰ ਉਹਨਾਂ ਦੇ ਨਾਲ ਪਤਾ ਨਹੀਂ ਚੱਲਦਾ, ਕਿਉਂਕਿ ਹੁਣ ਵੀ ਅਜੇ ਵਟਸਐਪ ਗਰੁੱਪਾਂ ਦੇ ਵਿੱਚ ਫੋਟੋਆਂ ਖਿੱਚ ਖਿੱਚ ਕੇ ਕਿਸਾਨ ਵੀਰ ਪਾ ਰਹੇ ਨੇ, ਜਿਨ੍ਹਾਂ ਦੇ ਵਿੱਚ ਉਹੀ ਟੈਕਨੀਕਲ ਹੈਗੇ ਆ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ ਸੀ ਕਿ ਇਹਦਾ ਤਾਂ ਨਹੀਂ ਦੇਖੋ ਕੋਈ ਨੁਕਸਾਨ ਹੋਊਗਾ, ਇਹ ਕਰ ਸਕਦੇ ਜਾਂ ਨਹੀਂ ਕਰ ਸਕਦੇ। ਤਾਂ ਇਸ ਕਰਕੇ ਆਪਾਂ ਜਿਹੜਾ ਬ੍ਰਾਂਡ ਨੇ ਮਸ਼ਹੂਰ ਹੈਗਾ ਉਹਨਾਂ ਦੀ ਨਾਲ ਨਾਲ ਗੱਲ ਕਰਾਂਗੇ। ਅਤੇ ਜੇ ਪਹਿਲਾਂ ਗੱਲ ਕਰੀਏ ਆਪਾਂ ਜਿਹੜਾ ਟੈਕਨੀਕਲ ਹੈਗਾ ਇਹ ਹੈਗਾ ਆਪਣਾ ਅਜੋਕਸੀਸਟ੍ਰੋਬਿਨ ਅਤੇ ਪਲੱਸ ਇਹਦੇ 'ਚ ਹੈਗਾ ਟੈਬੂਕੋਨਾਜ਼ੋਲ। ਅਤੇ ਇੱਕ ਗੱਲ ਮੈਂ ਛੋਟੀ ਜਿਹੀ ਪਹਿਲਾਂ ਹੋਰ ਕਰ ਦੇਵਾਂ ਕਿ ਜਦੋਂ ਵੀ ਆਪਾਂ ਨੇ ਇਹ ਫੰਗੀਸਾਈਡ ਜਦੋਂ ਯੂਜ਼ ਕਰਨੇ ਨੇ ਤਾਂ ਇਹਦੇ ਵਿੱਚ ਆਪਣੇ ਦੇਖੋ ਦੋ ਗਰੁੱਪ ਆਉਂਦੇ ਨੇ ਜਿਹੜੇ ਮੇਨ ਹੈਗੇ ਆ, ਇੱਕ ਆਪਣਾ ਸਟ੍ਰੋਬਿਨ ਗਰੁੱਪ ਹੈਗਾ, ਇੱਕ ਆਪਣਾ ਜ਼ੋਲ ਗਰੁੱਪ ਹੈ। ਅਤੇ ਜੇ ਆਪਾਂ ਸਪਰੇਅ ਕਰਦੇ ਹਾਂ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਉਹ ਦਵਾਈ ਦੇ ਵਿੱਚ ਇਹ ਦੋਨੋਂ ਹੀ ਇਹ ਆਪਣੇ ਟੈਕਨੀਕਲ ਹੋਣ, ਸਟ੍ਰੋਬਿਨ ਵੀ ਹੋਵੇ ਅਤੇ ਜ਼ੋਲ ਗਰੁੱਪ ਵੀ ਹੋਵੇ। ਅਤੇ ਪਰ ਉਹਦੇ ਵਿੱਚ ਪਰਸੈਂਟੇਜ ਜ਼ਰੂਰ ਦੇਖ ਲੈਣੀ ਚਾਹੀਦੀ ਹੈ। ਕਈ ਵਾਰੀ ਬੰਦਾ ਜਿਵੇਂ ਆਪਾਂ ਕਹਿੰਦੇ ਹਾਂ ਟੈਬੂਕੋਨਾਜ਼ੋਲ ਪਲੱਸ ਜੈਕਸੋਸਟ੍ਰੋਬਿਨ, ਤਾਂ ਬੰਦਾ ਇਹ ਤਾਂ ਦੇਖ ਲੈਂਦਾ ਕਿ ਇਹਦੇ ਵਿੱਚ ਹੈਗੇ ਇਹ ਆਪਣੇ ਟੈਕਨੀਕਲ, ਪਰ ਉਹਨਾਂ ਦੀ ਪਰਸੈਂਟੇਜ ਕਿੰਨੀ ਹੈ ਇਹ ਵੀ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਕਿ ਕਿੰਨਾ ਲੰਮਾ ਅਸਰ ਰਹੂਗਾ ਜਾਂ ਕਿੰਨਾ ਕੁ ਵਧੀਆ ਤਰੀਕੇ ਨਾਲ ਉਹ ਕੰਟਰੋਲ ਕਰ ਸਕਦੇ ਨੇ। ਤਾਂ ਜਿਹੜਾ ਪਹਿਲਾ ਹੈਗਾ ਟੈਕਨੀਕਲ ਇਹ ਹੈਗਾ ਅਜੋਕਸੀਸਟ੍ਰੋਬਿਨ ਅਤੇ ਪਲੱਸ ਇਹਦੇ ਨਾਲ ਹੈਗਾ ਟੈਬੂਕੋਨਾਜ਼ੋਲ। ਅਤੇ ਇਹ ਜਿਹੜਾ ਜ਼ਿਆਦਾ ਮਸ਼ਹੂਰ ਬ੍ਰੈਂਡ ਹੈ ਇਹ ਕਸਟੋਡੀਆ ਦੇ ਨਾਮ ਤੋਂ ਮਸ਼ਹੂਰ ਹੈ। ਇਹ ਆਪਾਂ ਆਪਣੇ ਖੇਤਾਂ ਦੇ ਵਿੱਚ ਵਰਤ ਸਕਦੇ ਹਾਂ ਜੀ। ਅਤੇ ਇਹਦੀ 150 ml ਜਿਹੜੀ ਹੈਗੀ ਹੈ ਇਹ ਡੋਜ਼ ਦੱਸੀ ਜਾਂਦੀ ਹੈ। ਅਤੇ ਡੋਜ਼ ਜਿੰਨੀ ਵੀ ਫੰਗੀਸਾਈਡ ਦੀ ਹੈਗੀ ਹੈ ਦੇਖੋ ਤਾਂ ਇਹ ਇਸ ਚੀਜ਼ 'ਤੇ ਡਿਪੈਂਡ ਕਰਦੀ ਹੈ ਕਿ ਆਪਾਂ ਆਪਣੇ ਖੇਤ ਦੇ ਵਿੱਚ ਸਪਰੇਅ ਜਦੋਂ ਕਰਦੇ ਹਾਂ ਪਾਣੀ ਕਿੰਨਾ ਕੁ ਲਾਉਣਾ ਹੈ, ਅਤੇ ਜੇ ਆਪਾਂ ਬਿਮਾਰੀ ਆਈ ਤੋਂ ਬਾਅਦ ਕਰਦੇ ਹਾਂ ਤਾਂ ਆਪਣੇ ਖੇਤ ਦੇ ਵਿੱਚ ਕਿੰਨਾ ਕੁ ਅਟੈਕ ਹੈਗਾ ਉਸ ਚੀਜ਼ 'ਤੇ ਡਿਪੈਂਡ ਕਰਦਾ। ਤਾਂ ਆਪਾਂ ਜਿਹੜੀ ਡੋਜ਼ ਹੈ ਥੋੜ੍ਹੀ ਮੋਤੀ ਵੱਧ ਘੱਟ ਕਰ ਸਕਦੇ ਹਾਂ, ਅਤੇ ਪਰ ਜੇ ਇਹ ਗੱਲ ਧਿਆਨ ਰੱਖਿਓ ਕਿ ਜੇ ਆਪਾਂ ਥੋੜ੍ਹੀ ਜਿਹੀ ਡੋਜ਼ ਵਧਾ ਕੇ ਪਾ ਰਹੇ ਹਾਂ ਤਾਂ ਆਪਾਂ ਪਾਣੀ ਜਿਹੜਾ ਵਰਤਣਾ ਸਪਰੇਅ ਦੇ ਵਿੱਚ ਉਹ ਥੋੜ੍ਹਾ ਜਿਹਾ ਜ਼ਿਆਦਾ ਵਰਤੀਏ। ਅਤੇ ਇਹ ਆਪਾਂ ਪਹਿਲੇ ਟੈਕਨੀਕਲ ਦੀ ਗੱਲ ਕਰ ਲਈ। ਅਤੇ ਇਸ ਤੋਂ ਬਾਅਦ ਜਿਹੜਾ ਇੱਕ ਟੈਕਨੀਕਲ ਹੋਰ ਹੈਗਾ ਇਹ ਹੈਗਾ ਥਾਈਫਲੂਸਾਮਾਈਡ ਜਿਹੜਾ ਹੈਗਾ ਇਹ ਆਪਣਾ ਪਲਸਰ ਦੇ ਨਾਮ ਤੋਂ ਮਸ਼ਹੂਰ ਹੈ। ਇਹ ਇਹਦੀ ਵੀ ਜਿਹੜੀ ਡੋਜ਼ ਹੈਗੀ ਹੈ 150 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੈਗੀ ਹੈ। ਅਤੇ ਇਸ ਤੋਂ ਬਾਅਦ ਜਿਹੜਾ ਆਉਂਦਾ ਜੀ ਇਹ ਆ ਜਾਂਦਾ ਆਪਣਾ ਜੈਕਸੋਸਟ੍ਰੋਬਿਨ ਅਤੇ ਪਲੱਸ ਇਹਦੇ ਹੈਗਾ ਡਾਈਫੈਨੋਕੋਨਾਜ਼ੋਲ। ਅਤੇ ਇਹ ਜਿਹੜਾ ਪ੍ਰੋਡਕਟ ਹੈਗਾ ਐਮੀਸਟਾਰ ਦੇ ਨਾਮ ਹੇਠ ਆਉਂਦਾ ਅਤੇ ਹੋਰ ਕੰਪਨੀਆਂ ਦੇ ਵੀ ਇਹ ਪ੍ਰੋਡਕਟ ਆਉਂਦੇ ਆ, ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ। ਅਤੇ ਮੈਂ ਸਿਰਫ ਬ੍ਰਾਂਡ ਨਾਮ ਤਾਂ ਦੱਸ ਰਿਹਾ ਅਤੇ ਆਪਾਂ ਨੂੰ ਪਤਾ ਲੱਗ ਸਕੇ ਕਿ ਕਿਹਦੀ ਗੱਲ ਹੋ ਰਹੀ ਹੈ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਟੈਬੂਕੋਨਾਜ਼ੋਲ ਪਲੱਸ ਟਾਈਫਲੋਕਸੀਸਟ੍ਰੋਬਿਨ, ਇਹ ਜਿਹੜਾ ਹੈਗਾ ਇਹ ਨਟੀਵੋ ਦੇ ਨਾਮ ਦੇ ਨਾਲ ਮਸ਼ਹੂਰ ਹੈ। ਅਤੇ ਜਿਹੜੀ ਐਮੀਸਟਾਰ ਟੋਪ ਵਾਲਾ ਆਪਣਾ ਟੈਕਨੀਕਲ ਹੈ ਅਜੋਕਸੀਸਟ੍ਰੋਬਿਨ ਪਲੱਸ ਡਾਈਫੈਨੋਕੋਨਾਜ਼ੋਲ, ਇਹਦੀ ਜਿਹੜੀ ਡੋਜ਼ ਹੈਗੀ ਹੈ ਇਹ 200 ml ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੈਗੀ ਹੈ ਜੀ। ਅਤੇ ਜਿਹੜੀ ਇਹ ਮੈਂ ਬਾਅਦ ਵਾਲੀ ਗੱਲ ਕੀਤੀ ਹੈ ਟੈਬੂਕੋਨਾਜ਼ੋਲ ਪਲੱਸ ਟ੍ਰਾਈਫਲੋਕਸੀਸਟ੍ਰੋਬਿਨ ਜਿਹੜਾ ਨਟੀਵੋ ਵਾਲਾ ਸਾਲਟ ਹੈ, ਅਤੇ ਇਹਦਾ ਆਪਣਾ ਡੋਜ਼ ਜਿਹੜੀ ਹੈਗੀ ਹੈ 80 ਗ੍ਰਾਮ ਤੋਂ ਲੈ ਕੇ 120 ਗ੍ਰਾਮ ਤੱਕ ਕਿਸਾਨ ਵੀਰ ਪਾਉਂਦੇ ਨੇ ਇਹਨੂੰ। ਅਤੇ ਪਰ ਹੁਣ ਇਹ ਜਿਹੜੀ 80 ਗ੍ਰਾਮ ਹੈ ਉਹਨਾਂ ਕੰਮ ਨਹੀਂ ਕਰਦੀ, ਤਾਂ ਆਪਾਂ ਨੂੰ 100 ਗ੍ਰਾਮ ਜਿਹੜਾ ਹੈਗਾ ਇਹ ਸਾਲਟ ਹੈ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਨੂੰ ਆਪਣੇ ਖੇਤਾਂ ਦੇ ਵਿੱਚ ਯੂਜ਼ ਕਰ ਲੈਣਾ ਚਾਹੀਦਾ। ਤਾਂ ਇਹ ਜਿਹੜੇ ਹੈਗੇ ਹੈ ਇਹ ਤਾਂ ਸੀਗੇ ਜਿਹੜੇ ਲੰਮਾ ਟਾਈਮ ਕੰਟਰੋਲ ਰੱਖਦੇ ਨੇ। ਅਤੇ ਇਹਨਾਂ ਦੇ ਵਿੱਚੋਂ ਵੀ ਕੁਛ ਕੁ ਜਿਹੜੇ ਟੈਕਨੀਕਲ ਨੇ ਉਹ ਓਨਾ ਜ਼ਿਆਦਾ ਲੰਮਾ ਨਹੀਂ ਕੰਟਰੋਲ ਰੱਖ ਸਕਦੇ। ਅਤੇ ਸਭ ਤੋਂ ਲੰਮਾ ਕੰਟਰੋਲ ਜਿਹੜਾ ਸਾਨੂੰ ਅੱਜ ਤੱਕ ਦੇਖਣ ਨੂੰ ਮਿਲਿਆ ਤਾਂ ਜਦ ਇਹ ਜਿਹੜਾ ਨਟੀਵੋ ਵਾਲਾ ਸਾਲਟ ਆਪਾਂ ਨੇ ਦੱਸਿਆ ਇਹ ਬਹੁਤ ਕਾਫੀ ਲੰਮਾ ਟਾਈਮ ਆਪਣੀ ਪ੍ਰੋਟੈਕਸ਼ਨ ਕਰਦਾ। ਐਮੀਸਟਾਰ ਟੋਪ ਵਾਲਾ ਜਿਹੜਾ ਸਾਲਟ ਹੈ ਇਹ ਵੀ ਕਾਫੀ ਲੰਮੀ ਪ੍ਰੋਟੈਕਸ਼ਨ ਕਰ ਦਿੰਦਾ ਹੈ। ਅਤੇ ਇੱਕ ਜਿਹੜਾ ਸਭ ਤੋਂ ਵਧੀਆ ਸਾਨੂੰ ਲੱਗਦਾ ਸੀਗਾ ਅੱਜ ਤੱਕ ਦਾ ਉਹ ਸੀਗਾ ਆਪਣਾ ਫਲੂਕਸਾ ਪੈਰੋਕਸਾਈਡ ਅਤੇ ਪਲੱਸ ਉਹਦੇ ਨਾਲ ਸੀਗਾ ਅਪੋਕਸੀਕੋਨਾਜ਼ੋਲ। ਤਾਂ ਇਹ ਜਿਹੜਾ ਪ੍ਰੋਡਕਟ ਸੀ ਇਹ ਆਉਂਦਾ ਸੀਗਾ ਆਪਣਾ ਅਡੈਕਸਰ ਦੇ ਨਾਮ ਤੋਂ ਆਉਂਦਾ ਸੀ, ਬਾਸਫ ਕੰਪਨੀ ਦਾ। ਪਰ ਐਤਕੀ ਇਹ ਜਿਹੜਾ ਪ੍ਰੋਡਕਟ ਹੈਗਾ ਅਡੈਕਸਰ
इन्होंने मार्केट के नहीं उतारिया। तो पर होर कंपनियां के प्रोडक्ट जोड़ा है ये आता है, जिमें एक फेंडर के नाम से आता है पी आई इंडस्ट्री का, वो भी यही है फलूक्सा पैरोक्साइड प्लस एपोक्सीकोनाजोल। तो ये जोड़े तीन प्रोडक्ट है इन्ह का बहुत ज़्यादा लम्मा असर रिजल्ट मिलता है, 30-35 दिन भी असी देखे कि यह प्रोटैक्शन अपने खेतों के देंदे है फंगस तो। जोड़े दो ये रह गए, जोड़ा एक कस्तूड़िया वाला साल्ट है, एक पल्सर वाला साल्ट है, ये बहुत ज़्यादा लम्मा टाइम नहीं प्रोटैक्शन देंगे, इन्हों घट देंगे ने ये मन के चलो तुम भी 20 दिन का ज 15 या 20 दिन का आप मान सकते कि इन्हों का रिजल्ट आपको मिल जाता है। तो इन्हों तो इलावा होर है प्रोडक्ट दो, पर वो इन्ना ज़्यादा लम्मा टाइम आपां नूं रिजल्ट नहीं देंदे है। इन्हां दे विचों एक हैगा जिनेव प्लस हेक्साकोनाजोल का अपना कॉम्बीनेशन आउंदा है, जिहड़ा कि अवतार के नाम तो ज़्यादा मशहूर हैगा मार्केट के इंडोफिल की अवतार जिहड़ा प्रोडक्ट आउंदा। तो एक अपना वेल्डामाइसिन प्लस हेक्साकोनाजोल जिहड़ा हैगा इहदा भी कॉम्बीनेशन आउंदा है। तो इन्हां दोनों की डोज जिहड़ी हैगी है 400 ग्राम तो लैके 500 ग्राम तक प्रति एकड़ के हिसाब के नाल वरती जाती है, पर इन्हों का बहुत ज़्यादा लम्मा रिजल्ट आपको नहीं मिलता है खेतों के। तो तुम अपने हिसाब के नाल देख लेना कि इन्हों के प्रोडक्ट जोड़ा है अपने खेतों के यूज़ कर रहे हैं, सारे के सारे प्रोडक्ट जोड़े है फंगस को कंट्रोल करने के मदद करते हैं। तो पर उ चक्कर है कि कुछ अपन सस्ते पै जाते हैं तो कुछ कॉस्टली पै जाते हैं, तो इन्हों के उही जे कॉस्टली ने वो ज़्यादा लंबी प्रोटैक्शन देंगे ने, तो जोड़े घट कॉस्टली पेंदे ने उन्हों की जी प्रोटैक्शन का टाइम पीरियड है वह भी घट दिन की प्रोटैक्शन आपको देंगे ने। तो इस तो बाद जो आप गल कर लिए कि सूडी वाला जोड़ा स्प्रे आपको करना चाहिए सूडी कंट्रोल करने वास्ते, तो पहला आप देख लीए कि जोड़ा नहीं करना आपको अपने खेतों के सिंथैटिक जोड़े इनसैक्टीसाइड है ये बिल्कुल भी नहीं यूज़ करने चाहिए, चाहे वह आप तेले वास्ते कर रहे हैं चाहे आप सूडी वास्ते कर रहे हैं। सिंथैटिक कहने का मतलब है जोड़े कि नाल दी नाल काम करते हैं कि आपने स्प्रे किया तो नाल दी नाल झाड़ देते हैं, जो कोई अपने सूडी साडी पत्ता लपेट सूडी हो कोई तेला हो कोई घोड़ा किड्डा उत्ते हो तो उन्होंने नाल दी नाल झाड़ देते हैं। इन्हां दे विचों एक तो थ्रिन ग्रुप के जोड़े इनसैक्टीसाइड है सारे के सारे वो आ जाते हैं, जिदे पिछे थ्रिन लग गया यदा मतलब है वह अपने खेतों के फायदे की बजाय नुकसान करेगा, इन्ना आप समझ लीए बस। तो एक जड़े बिना थ्रिन थ्रिन तो भी है जोड़े जिमें अपना DDBP है, तो इदा का कोई होर भी हो सकता है जोड़े नाल दी नाल मारते हैं गैस बना के, तो यह भी प्रोडक्ट जोड़े है अपने खेतों के अपन सूडिया कंट्रोल करने वास्ते नहीं पाने चाहिए। तो जोड़े वधिया प्रोडक्ट है टैक्निकल है उन्होंने पहला हैगा फ्लूबेंडामाइड, तो यह दो फॉर्म के आता जी, एक तो लिक्विड फॉर्म के आता है जिहड़ा कि फेम के नाम तो मशहूर है, फेम सारे बंदे जानते हैं, तो फेम वाला टैक्निकल जोड़ा है वह जोड़ा लिक्विड आता है वह फेम के आता है, ये फ्लूबेंडामाइड आती है 39.35%, तो एक फ्लूबेंडामाइड आता है अपना WG फॉर्म के आता पाउडर फॉर्म के, पाउडर नहीं कह सकते जो सेवियां जी होंदियां ने उस तरह की होंदियां, वो ये होंदी है अपनी 20% WG फ्लूबेंडामाइड। तो यह टाटा टकूमी जोड़ा प्रोडक्ट हैगा वो नाम तो मशहूर है प्रोडक्ट ये, तो इन दोनों यूज़ कर सकते हैं। जिहड़ी तो फेम वाला साल्ट है वह 50 ml तक कंपनी कहती है कि प्रति एकड़ के हिसाब के नाल आपां नूं वरतना चाहिए, तो जिहड़ा दूजा 20% वाला फ्लूबेंडामाइड है ये टाटा टकूमी वाला ये अपन 80 तो लैके 100 ग्राम प्रति एकड़ के हिसाब के नाल कहा जाता कि यह वरतना चाहिए। तो पर ज़्यादातर किसान भीर ये डोज जी है इन्नी नहीं पाते हैं, जोड़ा फेम वाला साल्ट है इनू कोई 25 ml तो लैके 35-40 ml तक पाते हैं, तो असी अपने खेतों के इनू जो यूज़ करते हैं तो 40 ml के हिसाब के नाल यूज़ करते हैं। तो जोड़ा अपना अगला साल्ट आ गया वो हो गया क्लोरेंट्रेनली प्रोल जिहड़ा कि कोराजिन वाला साल्ट है, यू 60 ml कहा जाता कंपनी वालों के 60 ml की डोज है प्रति एकड़ के हिसाब के नाल, ज़्यादातर किसान भीर इनू भी 20 ml वाले भी है जो 20 ml यूज़ करते हैं, वो उन्होंने पता होगा कि कितना काम करता या कितना नहीं करता,
पर जे आप ऑन एवरेज देखिए 60 ml नहीं पाना अपने तो यह भी 40-45 ml तक आप पा सकते हैं। कहने का मतलब है दोनों प्रोडक्ट जोड़े है फीम वाला साल्ट ते अपना कोराजिन वाला साल्ट ये अगर आप 35 ml तो लैके 40-45 ml तक पाने तो यह बहुत वधिया काम कर जाते हैं। वो डिपेंड करता है कि अपने खेतों के किदा की वरायटी लगी हुई है, किन्ना क उन्हें बूटा कराया हुआ, किन्ना क उन्होंने उत्ते पत्ते ने, उ हिसाब के आप थोड़ी बहुत जी है डोज एडजस्टमेंट कर सकते हैं। तो एक सूडी वाला प्रोडक्ट होर हैगा जी जिहड़ा अपना एमएमेक्टिन बेंजोएट ये अपना प्रोक्लेम के नाम तो मार्केट के आता एक प्रोडक्ट तो होर भी कंपनियां के आए होंगे। तो यदि जी डोज हैगी है भी 80 to 100 gram तक प्रति एकड़ के हिसाब से दसी जाती है। तो पर जे आप रिजल्ट देखा तो यह जरा प्रोक्लेम वाला साल्ट हैगा यदा रिजल्ट अपना ज़्यादा लंबा नहीं मिलता जिन्ना अपन फेम कोराजन वाला जो साल्ट है इन्हों का अपन रिजल्ट लंबा मिलता है। क्योंकि असी देखे जी सूडी तो प्रोटैक्शन मिलती है जी असी फेम ज़्यादा यूज़ करते असी तो कई बार कोराजन भी यूज़ कर लें तो यह घट्टो घट 30-35 दिन तक प्रोटैक्शन जी है खेतों के अपने देंगे ने जी आप सही तरीके वरतों करते हैं। तो बाकी देखो जे अपने प्रोडक्ट दसे ने यह जरूरी नहीं कि यही प्रोडक्ट पाए जा पर इन्ना का आप ख्याल जरूर रखिए कि इन्हों के कोई मुकाबले की कंपनी होर होनी चाहिए है जिहड़िया ए क्लास कंपनियां मार्केट के हैगियां ने अपन पता ही है तकरीबन कि कंपनी वधिया ते कि कंपनी बेकार है तो उन्हों का टैक्निकल आप यूज़ कर सकते हैं जिहड़े आपको लगता कि यह मार्केट के वधिया पोजिशन है इन्हों। तो बाकी सारे का अपना अपना डिसीजन रहिंदा कि कोई बंदा किवें करदा कोई बंदा किवें करदा। तो जे हुण मैं दसां कि असी इस बार जिवें मैं तुहानूं दस्सिया कि अडैक्सर जिहड़ा हैगा मार्केट दे विच इह सानूं मिल नहीं रहा कंपनी ने उतारिया नहीं हैगा तो इस बार जिहड़ा इह पहला स्प्रे है असी इहदे विच यूज़ करांगे जिहड़ा एमीस्टार वाला साल्ट हैगा एमीस्टार टॉप वाला अजॉक्सीस्ट्रोबिन प्लस डाइफेनोकोनाजोल जिहड़ा हैगा 200 ml प्रति एकड़ के हिसाब नाल इहदी डोज़ ते प्लस फेम फेम वाला साल्ट है जिहड़ा फ्लूपेंडामाइड ये वाला असी अपने खेतों के पहले स्प्रे दे विच हुण यूज़ करांगे। तो इस तो बाद मैं जिवें पहला दस्सिया कि सूडी वास्ते असी होर कोई भी इस तो बाद स्प्रे नहीं करांगे क्योंकि सूडी जिहड़ी हैगी है दो लौवां दे विच अटैक करती है। एक लौ जिहड़ा हुण आऊगा ये जिहड़ा लौ हुंदा सूडी का इस टाइम पर इन्ना ज़्यादा नुकसान अपने खेतों के नहीं कर सकती। उसका कारण यह है कि जे गोभ हुण कट्टी भी जाऊगी तो बूटिया के कोल रिकवरी का टाइम हैगा तो होर गोभ निकल आऊगी जिहड़ी कि अगे जाके मुंजर दे विच तब्दील हो सकती है। तो एक अटैक आऊगा जो गोभ के विच आ गई मुंजर जिहनूं आपां कहिंदे कि गोभ भर गई हुण जो अपनी बीन जी बना जाती है तो निसरन नूं तैयार होती है जे उस टाइम पर अटैक कर दे सूडी तो फिर बूटे कोल उन्हों रिकवर करन दा कोई टाइम भी नहीं होंदा ते सारी दी सारियां जिन्नियां भी गोभां कट्टियां होणगियां उहदे विच्चों अपने चिट्टियां बल्लियां निकलणगियां सुक्कियां बल्लियां जिहनूं आपां कहिंदे ने कि फोकियां बल्लियां ने इह तां उदों जिहड़ी गोभ वाली सूडी है ज़्यादा अटैक कर सकदी है अपने खेत दे विच ते ज़्यादा नुकसान कर सकदी है अपने खेत दे विच। अटैक तां हुण भी ज़्यादा हो सकदा उदों भी ज़्यादा हो सकदा पर नुकसान जिहड़ा हैगा गोभ टाइम ते जिहड़ी सूडी पऊगी गोभ वाली उह ज़्यादा नुकसान करूगी। ते असी जदों हुण कहे मैं तुहानूं जिवें स्प्रे कर दांगे तां इह सारे तक सानूं प्रोटैक्शन दिंदी है हर साल असी यूज़ करदे हां ते तुसीं अपने खेतां दे विच यूज़ करोगे प्रोडक्ट जिहड़े टैक्निकल हैगे आ ते उहनां ते तुसीं अगे रिकॉर्ड रखोगे असी इह स्प्रे कीता सी इहने किन्नी देर सानूं अगे प्रोटैक्शन दित्ती ते इह वाले ने किन्नी देर दित्ती। जिन्नी देर आपां इह रिकॉर्ड नहीं रखांगे तां आपां नूं हर साल यूट्यूब ते सर्च मारने पैणगे वीडियोज़ देखने पैणगियां कि असी किहड़ा स्प्रे करिए हुण किहड़ा ना करिए। इस करके अपने खेतों के अपने खुद के जिहड़े तजर्बे हैगे ने जरूर करिया करो किसान भीरों। तो वीडियो बहुत ज़्यादा लंबी होगी जी तो पर आप सारी डिटेल के नाल गल करनी चाहते सी इस करके इस वीडियो के एको ही स्प्रे जिहड़ा हुण करना आपां इहदीओ गल कीती है जिहड़ा इस तो अगे स्प्रे जदों करना है उहदा टाइम आऊगा तो आप एक होर वीडियो बना के उहदे विच गल करांगे। बाकी वीडियो के जे तुहाडे कोई अपने तजर्बे हैगे है वो तुसीं अपने शेयर कर सकते हो कमेंटा दे विच जां कोई मेरे तो कोई गल रह गई होवे दसनी ते कोई क्वेश्चन होवे तुसीं अपना क्वेश्चन है जिहड़ा वो पुछ सकदे हो। ते सो वीडियो देखण वास्ते बहुत बहुत ज़्यादा धन्यवाद जी तुहाडा सारिआं दा।